साडे चैनल ते तुहाडा स्वागत है। ते सारयां नूं सत श्री अकाल। अज आपां फ्रेंच बनाउण लगे इहनां दे आलूआं दे। ते इह आलू आपां चंगी तरह पहिलां धो के कट ले पानी दे विच, फिर चार पंज पानी कढ के सुका ले। इह सुका के ते फिर आपां लिआवा कॉर्नफ्लोर। आपां बनावांगे आपदे ढंग नाल, कोई आपदे ढंग नाल बनाउण, बहुत तरह नाल बणदे इह। ਆਪਾਂ ਜਿਹੜੇ ਮਸਾਲੇ ਵਿੱਚ ਇਹ ਜਿਵੇਂ ਜੀਰਾ ਵਾ, ਜਮੈਣ, ਹਿੰਗ, ਕਾਲੀ ਮਿਰਚ, ਅਤੇ ਇਹ ਸਾਬ ਦੀਆਂ ਮਿਰਚਾਂ ਲਈਆਂ, ਇਹਨਾਂ ਨੂੰ ਮਾੜੀ ਜਿਹੀ ਨਵੀਂ ਕੱਢ ਕੇ ਇਹਨਾਂ ਦੀ, ਅਤੇ ਨਮਕ ਸਵਾਦ ਅਨੁਸਾਰ ਪਾਵਾਂਗੇ। ਅਤੇ ਇਹਨਾਂ ਨੂੰ ਇਹਦੇ ਉੱਪਰ ਲਾ ਕੇ ਅਤੇ ਵਿੱਚ ਕੌਰਨਫਲੋਰ ਉੱਪਰ ਭੁੱਕ ਕੇ ਅਤੇ ਫਿਰ ਉਵੇਂ ਤਿਆਰ ਕਰਾਂਗੇ ਆਪਾਂ। ਅਤੇ ਨਾ ਜਦੋਂ ਸਾਡੀ ਵੀਡੀਓ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਇਹਨਾਂ ਨੂੰ ਧੋ ਕੇ ਸੁਕਾ ਕੇ ਅਤੇ ਆਪਾਂ ਪਾ ਲਿਆ ਦੇ ਵਿੱਚ ਇਹ ਭਾਂਡੇ ਖੁੱਲ੍ਹੇ 'ਚ। ਇਹਦੇ 'ਤੇ ਪਹਿਲਾਂ ਆਪਾਂ ਲਾਵਾਂਗੇ ਲੂਣ। ਲੂਣ ਲਾ ਕੇ ਚੰਗੀ ਤਰ੍ਹਾਂ ਲਾ ਦਿਆਂਗੇ। ਆਪਾਂ ਲੂਣ ਮਿਰਚ ਵਿੱਚ ਪਾ ਲਈ ਲਾ ਕੇ, ਫਿਰ ਉਹ ਵਧੀਆ ਰਹਿੰਦੇ ਆ। ਮਸਾਲਾ ਜਿਹਾ ਉੱਪਰ ਦੀ ਗੱਲ ਹੋ ਰਹੀ, ਇਹਦਾ ਵਿੱਚ ਪਾਉਣਾ ਮਸਾਲਾ ਜਿਹਾ, ਉਹ ਬਾਹਲਾ ਟੇਸਟੀ ਬਣਦੇ ਆ। ਇਹਦੇ ਨਾਲ ਪਾਵਾਂਗੇ ਆਪਾਂ ਮਸਾਲਾ, ਇਹ ਕਿੰਨਾ ਸਾਨੂੰ ਪਤਾ ਲੱਗਦਾ। ਆਪਾਂ ਇਹਦੇ ਮਸਾਲੇ ਸਾਰੇ ਲਾ ਲਏ ਆ ਜਿਹੜੇ ਗ੍ਰੈਂਡ ਕੀਤੇ ਸੀਗੇ। ਅਤੇ ਇਹਦੇ ਵਿੱਚ ਆਪਾਂ ਪਾਵਾਂਗੇ ਕੌਰਨਫਲੋਰ। ਅਤੇ ਆਪਾਂ ਜ਼ਰੂਰ ਪੀ ਤਾਂ ਮਾੜਾ ਕਿ ਨਾਮਾ 'ਤੇ ਪੰਜ ਛਿੱਟਾਂ ਮਾਰ ਕੇ, ਫਿਰ ਲੋੜ ਹੀ ਪੈਣੀ ਮਾਰਨ ਦੀ, ਇਹਦੇ ਨਾਲ ਚਿਪਕ ਜਾਣਾ ਵਾ। ਆਪਣੇ ਫ੍ਰੈਂਚ ਬਣ ਕੇ ਹੋ ਗਏ ਤਿਆਰ, ਅਤੇ ਨਾਲ ਹੈਗੀ ਸੌਸ, ਅਤੇ ਨਾਲ ਹੈਗਾ ਚਾਹ ਦਾ ਕੱਪ। ਅਤੇ ਆ ਜਾਓ ਜਿਹਨੇ ਜਿਹਨੇ ਪੀਣੀ ਆ, ਅਤੇ ਜਿਹਨੇ ਜਿਹਨੇ ਫ੍ਰੈਂਚ ਖਾਣੇ ਆ, ਕਿੰਨੇ ਸੋਹਣੇ ਬਣੇ ਆ। ਅਤੇ ਰਿੱਝੇ ਬਹੁਤ ਸੋਹਣੇ ਆ, ਉਹ ਵੀ ਕ੍ਰਿਸਪੀ ਬਣੇ, ਜਮਾਂ ਅੱਗ ਬਹੁਤ ਸਾਰੇ ਰਿੱਝੇ ਆ, ਖਾਣ 'ਚ ਬਹੁਤ ਟੇਸਟੀ ਬਣੇ ਆ। ਅਤੇ ਸਾਡੀ ਵੀਡੀਓ ਦੱਸੋ ਤੁਹਾਨੂੰ ਕਿਹੜੀ ਲੱਗੀ, ਅਤੇ ਲਾਈਕ ਸ਼ੇਅਰ ਜ਼ਰੂਰ ਕਰਨੀ ਆ।